ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਨੌਜਵਾਨਾਂ ਲਈ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਹੈ। ਦਰਅਸਲ ਸ਼੍ਰੋਮਣੀ ਕਮੇਟੀ ਵੱਲੋਂ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ ਲਈ ਬਿਲਕੁਲ ਮੁਫਤ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਬੱਚਿਆਂ ਨੂੰ UPSC ਦੀ ਤਿਆਰੀ ਲਈ SGPC ਵੱਲੋਂ ਖਰਚਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਸਿੱਖ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ ਤੇ ਉਹ ਸਿੱਖੀ ਨੂੰ ਹੋਰ ਅੱਗੇ ਲੈ ਕੇ ਜਾਣਗੇ। ਬੜੇ ਲੰਬੇ ਅਰਸੇ ਤੋਂ ਬਹੁਤ ਸਾਰੇ ਪਹਿਲੇ ਪ੍ਰਧਾਨਾਂ ਦੇ ਵੀ ਮੈਂ ਕਹਿ ਲਵਾਂ ਅਤੇ ਦੁਨੀਆ ਦੇ ਕੋਨੇ ਕੋਨੇ 'ਚੋਂ ਇਹ ਅਕਸਰ ਇੱਕ ਆਵਾਜ਼ ਉੱਠਦੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ IAS ਅਤੇ IPS ਦਾ ਕੋਚਿੰਗ ਸੈਂਟਰ ਜਿਹੜਾ ਉਹ ਸਥਾਪਿਤ ਕਰੇ। ਅਸੀਂ ਬੜੀ ਵਿਚਾਰ ਕਰਕੇ ਪਿਛਲੇ ਸਾਲ ਬਜਟ ਦੇ ਵਿੱਚ ਇਹ ਪ੍ਰੋਵੀਜ਼ਨ ਰੱਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਸਿੱਖ ਬੱਚਿਆਂ ਲਈ ਸਮੁੱਚੇ ਤੌਰ 'ਤੇ ਸਾਰਿਆਂ ਲਈ ਨਹੀਂ ਅੰਮ੍ਰਿਤਧਾਰੀ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ, ਸਾਬਤ ਸੂਰਤ ਜਿਹੜਾ ਉਹਨੂੰ ਪ੍ਰਾਇਓਰਟੀ ਦਿੱਤੀ ਜਾਊਗੀ ਅਤੇ ਇਹਨੂੰ ਦੇਸ਼ ਦੇ ਕਿਸੇ ਕੋਨੇ ਦੇ ਵਿੱਚੋਂ ਵੀ ਬੱਚਾ ਆ ਸਕਦਾ, ਉਹਦੀ ਸ਼ਰਤ ਸਿੱਖ ਹੋਵੇ। ਅਤੇ ਉਹਦੀ ਸ਼ੁਰੂਆਤ ਅਸੀਂ 3 ਮਹੀਨੇ ਪਹਿਲਾਂ ਕੀਤੀ ਸੀ ਔਰ ਉਹ 3 ਮਹੀਨੇ ਪਹਿਲਾਂ ਸਾਡੇ 11 ਬੱਚੇ ਸਿਲੈਕਟ ਹੋਏ ਜਿਨ੍ਹਾਂ 'ਚ 6 ਲੜਕੀਆਂ ਸੀ ਅਤੇ 5 ਬੇਟੇ ਸੀ। ਉਹ ਸਾਡੇ ਰਾਜ ਮਲਹੋਤਰਾ ਜਿਹੜੀ ਅਕੈਡਮੀ ਆ ਉਹਦੇ ਵਿੱਚ ਉਹ ਬੱਚੇ 3 ਮਹੀਨੇ ਤੋਂ ਟ੍ਰੇਨਿੰਗ ਲੈ ਰਹੇ ਆ, ਰਹਿੰਦੇ ਇੱਥੇ ਹੀ ਆ ਜਾਂਦੇ ਆ, ਇੱਥੋਂ ਚਲੇ ਜਾਂਦੇ ਆ। ਫਿਰ ਬੈਠ ਕੇ ਗੰਭੀਰਤਾ ਨਾਲ ਵਿਚਾਰ ਹੋਈ ਕਿ ਆਪਾਂ ਆਪਣਾ ਹੀ ਇੱਥੇ ਕਲਾਸਾਂ ਦਾ ਜਿਹੜਾ ਉਹ ਸਿਸਟਮ ਜਿਹੜਾ ਸ਼ੁਰੂ ਕਰੀਏ। ਸੋ ਇਹਦੇ ਵਿੱਚ ਅਸੀਂ 5 ਰਨਾਊਂਡ ਜਿਹੜੇ ਮੈਂ ਕਹਿ ਸਕਦਾ ਐਜੂਕੇਸ਼ਨ ਅਤੇ ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸ ਦੇ ਵਿੱਚ ਜਿਹਨਾਂ ਦਾ ਯੋਗਦਾਨ ਆ ਉਹ ਅਸੀਂ 5 ਵਿਦਵਾਨ ਜਿਹੜੇ ਆ ਉਹ ਇਕੱਤਰ ਕੀਤੇ, ਉਹਨਾਂ ਨਾਲ ਸਲਾਹ ਮਸ਼ਵਰੇ ਕੀਤੇ ਅਤੇ ਉਹ ਸਲਾਹ ਮਸ਼ਵਰਿਆਂ ਤੋਂ ਬਾਅਦ ਉਹਨੇ ਕਿਹਾ ਵੀ ਅਸੀਂ ਹੁਣ ਤਿਆਰ ਹਾਂ, ਤੁਸੀਂ ਬੈਠ ਕੇ ਫੈਸਲਾ ਕਰੋ। ਫਿਰ ਅਸੀਂ ਇਸ ਕਾਲਕੀ ਧਰਨ ਵਾਸ ਦੇ ਵਿੱਚ ਥੋੜ੍ਹਾ ਥੋੜ੍ਹਾ ਇਨਫਰਾਸਟ੍ਰਕਚਰ ਜਿਹੜਾ ਸੀਗਾ ਉਹਨੂੰ ਅਸੀਂ ਤਬਦੀਲੀ ਕਰਕੇ ਕੋਲਮੀਨੀਅਮ ਦੇ ਜਿਹੜੇ ਕਮਰੇ ਸਥਾਪਿਤ ਕੀਤੇ, ਕੋਈ ਇਹਨਾਂ ਦੇ ਮੈਸ ਸਥਾਪਿਤ ਕੀਤੀ, ਡਾਇਨਿੰਗ ਰੂਮ ਇਹਨਾਂ ਦਾ ਸਥਾਪਿਤ ਕੀਤਾ ਗਿਆ। ਅਤੇ ਫਿਰ ਇਹਦਾ ਸਿਲੈਕਸ਼ਨ ਦਾ ਜਿਹੜਾ ਢੰਗ ਸੀ ਉਹਦੇ 3 ਚੈਨਲ ਅਸੀਂ ਰੱਖੇ। ਇੱਕ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਰਿਟਨ ਟੈਸਟ ਹੁੰਦਾ, ਉਹ ਰਿਟਨ ਟੈਸਟ ਦੇ ਵਿੱਚੋਂ ਬੱਚੇ ਜਿਹੜੇ ਆ ਉਹ ਜਿੰਨੇ ਪਾਸ ਹੁੰਦੇ ਆ, ਉਹ ਤੋਂ ਬਾਅਦ ਫਿਰ ਸਾਈਕੀ ਟੈਸਟ ਅਸੀਂ 3 ਡਾਕਟਰ ਰੱਖੇ ਆ ਜਿਹੜੇ ਬੱਚੇ ਦੀ ਸਾਈਕੀ ਨੂੰ ਪੜ੍ਹਦੇ ਆ ਕਿ ਬੱਚਾ ਪੜ੍ਹਾਈ ਦੇ ਵਿੱਚ, ਕਿਉਂਕਿ ਬੜੀ ਵੱਡੀ ਇੱਕ ਕਠਿਨ ਮਤਲਬ ਪ੍ਰੀਖਿਆ ਹੁੰਦੀ ਆ ਜਿਹਦੇ ਵਿੱਚ ਪਾਣੀ ਪੁਣ ਕੇ ਜਾਂਦਾ। ਸੋ ਉਹ ਫਿਰ ਟੈਸਟ ਲੈਂਦੇ ਆ ਉਹਨਾਂ ਦਾ ਇੰਟਰਵਿਊ ਕਰਕੇ, ਉਹ ਤੋਂ ਬਾਅਦ ਫਿਰ ਇੰਟਰਵਿਊ ਹੁੰਦੀ ਆ। ਆ ਐਸੇ ਸਥਾਨ ਦੇ ਉੱਤੇ ਇੱਥੇ ਇੰਟਰਵਿਊ ਹੋਈ ਅਤੇ ਮੈਂ ਉੱਦਣ ਥੋੜ੍ਹੇ 2-3 ਵਿਦਿਆਰਥੀਆਂ ਵੇਲੇ ਇੱਥੇ ਹਾਜ਼ਰ ਸੀਗਾ ਅਤੇ ਮੈਂ ਦੇਖਦਾ ਸੀ ਵੀ ਜਿਸ ਕੱਦ ਦੇ ਵਿੱਚ ਬੱਚੇ ਆਉਂਦੇ ਆ ਔਰ ਉਹ ਬੱਚਿਆਂ ਦੇ ਵਿੱਚ ਟੇਲੈਂਟ ਬਹੁਤ ਵੱਡਾ, ਕਈ ਤਾਂ ਬੱਚੇ ਚੰਗੇ ਆ ਪਰਿਵਾਰਾਂ ਦੇ, ਪਰ ਕਈ ਬੱਚੇ ਇਕਨੋਮਿਕਲੀ ਮਾਂ ਪਿਓ ਜਿਹੜੇ ਆ ਉਹ ਵਿਚਾਰੇ ਸਾਥ ਹੀ ਨਹੀਂ ਦੇ ਸਕਦੇ। ਅਤੇ ਉਹਨਾਂ ਸਾਰਿਆਂ ਦੀ ਸਿਲੈਕਸ਼ਨ ਕੀਤੀ ਗਈ। ਕ੍ਰਾਈਟੀਰੀਆ ਸਿਰਫ ਇੱਕ ਸੀ ਕਿ ਬੱਚਾ ਉਸ ਨਿਸ਼ਾਨੇ ਵੱਲ, ਜਿੱਦਾਂ ਅਰਜਨ ਮੱਛੀ ਦੀ ਅੱਖ ਨੂੰ ਦੇਖਦਾ ਸੀ, ਉਹਦੇ ਵੱਲ ਵਧੇ। ਸੋ ਮੈਨੂੰ ਖੁਸ਼ੀ ਆ ਕਿ ਅੱਜ ਆਪਾਂ 39 ਜਿਹੜੇ ਬੱਚੇ ਸਿਲੈਕਟ ਕੀਤੇ ਆ ਜਿਨ੍ਹਾਂ 'ਚ 28 ਕੁੜੀਆਂ ਅਤੇ 11 ਬੱਚੇ ਆ, ਉਹਨਾਂ ਸਾਰਿਆਂ ਨੂੰ ਅੱਜ ਐਡਮਿਸ਼ਨ ਕਾਰਡ ਦੇ ਦਿੱਤੇ ਗਏ ਆ ਔਰ ਇੱਥੇ ਉਹਨਾਂ ਨੇ ਸਾਰਾ ਕੁਝ ਉਹਨਾਂ ਦਾ ਫਰੀ ਆ। ਸਾਰਾ ਕੁਝ ਫਰੀ ਕਹਿਣ ਤੋਂ ਭਾਵ ਕਿ ਉਹਨਾਂ ਨੇ ਸਿਰਫ ਆਪਣੇ ਪਹਿਨਣ ਵਾਲੇ ਕੱਪੜੇ ਲਿਆਉਣੇ, ਬਾਕੀ ਸਾਰੇ ਕਾਰਜ ਇੱਥੇ ਹੋਣੇ ਆ।